ਚੋਰਾਂ ਵੱਲੋਂ ਅੱਜ ਕੱਲ੍ਹ ਚੋਰੀ ਦੇ ਨਵੇਂ ਹੱਥਕੰਡੇ ਅਪਣਾਏ ਜਾ ਰਹੇ ਨੇ। ਸੋ ਕਰਿਆਨੇ ਦੀ ਦੁਕਾਨ ਦੇ ਵਿੱਚ ਲੁਟੇਰੇ ਹੈ, ਗ੍ਰਾਹਕ ਬਣ ਕੇ ਚੱਲ ਜਾਂਦੇ ਨੇ ਅਤੇ ਹਜ਼ਾਰਾਂ ਦੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ। ਦੱਸਿਆ ਜਾ ਰਿਹਾ ਕਿ ਸਕੂਲ ਦੀਆਂ ਕਾਪੀਆਂ ਖਰੀਦਣ ਦੇ ਬਹਾਨੇ ਆਏ ਲੁਟੇਰਿਆਂ ਨੇ ਪਹਿਲੀਆਂ ਦੋ ਕਾਪੀਆਂ ਖਰੀਦ ਲਈਆਂ, ਫਿਰ ਉਸਨੇ ਅੰਗੂਠਾ ਮੰਗ ਕੇ ਦੁਕਾਨਦਾਰ ਦਾ ਧਿਆਨ ਮੋੜਿਆ ਅਤੇ ਪਿੱਛੋਂ ਨਕਦੀ ਵਾਲਾ ਬੈਗ ਖੋਲਿਆ। ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਦੁਕਾਨਦਾਰ ਵੱਲੋਂ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ। ਬਿਊਰੋ ਰਿਪੋਰਟ, ਲੁਧਿਆਣਾ ਲਾਈਵ। ਚੋਰਾਂ ਵੱਲੋਂ ਅੱਜ ਕੱਲ੍ਹ ਚੋਰੀ ਦੇ ਨਵੇਂ ਹੱਥਕੰਡੇ ਅਪਣਾਏ ਜਾ ਰਹੇ ਨੇ। ਸੋ ਕਰਿਆਨੇ ਦੀ ਦੁਕਾਨ ਦੇ ਵਿੱਚ ਲੁਟੇਰੇ ਹੈ, ਗ੍ਰਾਹਕ ਬਣ ਕੇ ਚੱਲ ਜਾਂਦੇ ਨੇ ਅਤੇ ਹਜ਼ਾਰਾਂ ਦੀ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ। ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ। ਦੱਸਿਆ ਜਾ ਰਿਹਾ ਕਿ ਸਕੂਲ ਦੀਆਂ ਕਾਪੀਆਂ ਖਰੀਦਣ ਦੇ ਬਹਾਨੇ ਆਏ ਲੁਟੇਰਿਆਂ ਨੇ ਪਹਿਲੀਆਂ ਦੋ ਕਾਪੀਆਂ ਖਰੀਦ ਲਈਆਂ, ਫਿਰ ਉਸਨੇ ਅੰਗੂਠਾ ਮੰਗ ਕੇ ਦੁਕਾਨਦਾਰ ਦਾ ਧਿਆਨ ਮੋੜਿਆ ਅਤੇ ਪਿੱਛੋਂ ਨਕਦੀ ਵਾਲਾ ਬੈਗ ਖੋਲਿਆ। ਫਿਲਹਾਲ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਦੁਕਾਨਦਾਰ ਵੱਲੋਂ ਜਾਣਕਾਰੀ ਹੈ ਜਿਹੜੀ ਸਾਂਝੀ ਕੀਤੀ ਗਈ। ਬਿਊਰੋ ਰਿਪੋਰਟ, ਲੁਧਿਆਣਾ ਲਾਈਵ।